ਸਤਿ ਸ੍ਰੀ ਅਕਾਲ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਵਰਲਡ ਅਪਡੇਟ। ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨੂੰ ਜਲਦ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਕੈਨੇਡਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਦੀ ਲੋੜ ਹੋਵੇਗੀ ਤੇ ਨਾਲ ਹੀ ਇਮੀਗ੍ਰੇਸ਼ਨ ਟੀਚਿਆਂ ਨੂੰ ਬਣਾਈ ਰੱਖਣਾ ਫਿਲਹਾਲ ਜ਼ਰੂਰੀ ਹੈ। ਰਾਇਲ ਬੈਂਕ ਆਫ ਕੈਨੇਡਾ ਯਾਨੀ ਕਿ RBC ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਾਰਲੀਮੈਂਟ ਦੇ ਵਿੱਚ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਪੇਸ਼ ਕੀਤੀ। ਉਸ ਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਸਾਲ 2026 ਤੋਂ ਸ਼ੁਰੂ ਹੋਣ ਵਾਲੇ 5 ਲੱਖ ਲੋਕਾਂ ਤੇ ਸਾਲਾਨਾ ਨਵੇਂ ਆਉਣ ਵਾਲਿਆਂ ਦੇ ਟੀਚੇ ਨੂੰ ਸਥਿਰ ਰੱਖੇਗਾ। ਫੈਡਰਲ ਸਰਕਾਰ ਦੀ ਨਵੀਨਤਮ ਯੋਜਨਾ 2024 ਦੇ ਵਿੱਚ 4,85,000 ਨਵੇਂ ਸਥਾਈ ਨਿਵਾਸੀਆਂ ਤੇ 2025 ਦੇ ਵਿੱਚ 5 ਲੱਖ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੇ ਪਹਿਲਾਂ ਨਿਰਧਾਰਿਤ ਟੀਚਿਆਂ ਨੂੰ ਬਰਕਰਾਰ ਰੱਖਦੀ ਹੈ। ਸੰਖਿਆ 2026 ਦੇ ਵਿੱਚ 5 ਲੱਖ ਤੇ ਰਹੇਗੀ ਤੇ ਸਥਿਰ ਰਹੇਗੀ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੈਨੇਡਾ ਨੂੰ ਲੰਮੇ ਸਮੇਂ ਦੇ ਲਈ ਪ੍ਰਵਾਸੀਆਂ ਦੀ ਲੋੜ ਹੈ। ਇੱਥੋਂ ਤੱਕ ਕਿ 1.3% ਆਬਾਦੀ ਦਾ ਸਾਲਾਨਾ ਪ੍ਰਵਾਸੀ ਦਾਖਲਾ ਆਬਾਦੀ ਦੇ ਉਮਰ ਢਾਂਚੇ ਨੂੰ ਸਥਿਰ ਕਰਨ ਦੇ ਲਈ ਕਾਫੀ ਨਹੀਂ ਹੈ, ਜਿਸ ਦੇ ਲਈ ਲਗਭਗ 2.1% ਦੀ ਲੋੜ ਹੋਵੇਗੀ। ਇਮੀਗ੍ਰੇਸ਼ਨ ਮੰਤਰੀ ਮਿਲਰ ਨੇ ਓਟਾਵਾ ਦੇ ਵਿੱਚ ਰਣਨੀਤਿਕ ਇਮੀਗ੍ਰੇਸ਼ਨ ਸਮੀਖਿਆ ਰਿਪੋਰਟ ਜਾਰੀ ਕੀਤੀ, ਜਿਸ ਦੇ ਵਿੱਚ ਕਿਹਾ ਗਿਆ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਦੇਸ਼ ਦੀਆਂ ਕਿਰਤ ਲੋੜਾਂ ਦੇ ਨਾਲ ਇਮੀਗ੍ਰੇਸ਼ਨ ਨੀਤੀ ਨੂੰ ਇਕਸਾਰ ਕਰਨ ਤੇ ਧਿਆਨ ਕੇਂਦਰਿਤ ਕਰੇਗੀ। ਮਸ਼ਹੂਰ ਕੁਕਿੰਗ ਸ਼ੋਅ ਮਾਸਟਰ ਸ਼ੈਫ ਆਸਟ੍ਰੇਲੀਆ ਦੇ ਪ੍ਰਤੀਯੋਗੀ ਪਾਲ ਡਗਲਸ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ। ਅਦਾਲਤ ਨੇ ਡਗਲਸ ਨੂੰ 24 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਪਾਲ ਤੇ 10 ਸਾਲਾਂ ਤੋਂ ਵੱਧ ਸਮੇਂ ਦੌਰਾਨ 43 ਵਾਰ 11 ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਸਿਡਨੀ ਡਾਊਨਿੰਗ ਸੈਂਟਰ ਦੀ ਜ਼ਿਲ੍ਹਾ ਜੱਜ ਸਾਰਾ ਹਿਊਗੇਟ ਨੇ ਬੀਤੇ ਦਿਨ ਪਾਲ ਨੂੰ ਸਜ਼ਾ ਸੁਣਾਈ ਹੈ। ਪਾਲ ਨੂੰ ਸਾਲ 2019 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸਦੀ ਗ੍ਰਿਫਤਾਰੀ ਤੋਂ ਬਾਅਦ 4 ਸਾਲ ਤੱਕ ਮੁਕੱਦਮਾ ਚੱਲਦਾ ਰਿਹਾ। ਪਾਲ ਤੇ ਇਹ ਦੋਸ਼ ਹੈ ਕਿ ਸਿਡਨੀ ਸਾਊਥ ਵੈਸਟ ਦੇ ਵਿੱਚ ਤੈਰਾਕੀ ਕੋਚ ਰਹਿੰਦੇ ਹੋਏ ਉਸਨੇ ਇਹ ਅਪਰਾਧ ਕੀਤੇ ਨੇ। ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਪਾਲ ਨੇ 1996 ਤੋਂ 2009 ਤੱਕ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੇ ਤੈਰਾਕੀ ਕੋਚ ਹੁੰਦਿਆਂ ਬੱਚਿਆਂ ਦੇ ਵਿੱਚ ਅਜਿਹਾ ਮਾਹੌਲ ਪੈਦਾ ਕੀਤਾ ਜਿਸ ਦੇ ਵਿੱਚ ਉਹ ਖੁੱਲ੍ਹ ਕੇ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਦਾ ਸੀ ਤੇ ਬੱਚਿਆਂ ਦੇ ਨਾਲ ਮਜ਼ਾਕ ਕਰਦਾ ਸੀ। ਇਸ ਤੋਂ ਇਲਾਵਾ ਉਸਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣੀ ਗੱਲ ਦੇ ਨਾਲ ਇਸ ਤਰ੍ਹਾਂ ਫਸਾਇਆ ਕਿ ਉਸਦਾ ਜੁਰਮ 10 ਸਾਲ ਤੋਂ ਵੱਧ ਸਮੇਂ ਤੱਕ ਲੁਕਿਆ ਰਿਹਾ। ਪਾਲ ਤੇ 10 ਸਾਲ ਤੱਕ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਤੁਹਾਨੂੰ ਦੱਸੀਏ ਕਿ ਪਾਲ ਡਗਲਸ ਮਾਸਟਰ ਸ਼ੈਫ ਆਸਟ੍ਰੇਲੀਆ ਦੇ ਵਿੱਚ ਵੀ ਹਿੱਸਾ ਲੈ ਚੁੱਕੇ ਨੇ ਤੇ ਸ਼ੋਅ ਦੇ ਆਖਰੀ ਪੜਾਅ ਤੱਕ ਪਹੁੰਚ ਚੁੱਕੇ ਨੇ। 48 ਸਾਲਾ ਡਗਲਸ ਨੂੰ ਦੋਸ਼ ਲੱਗਣ ਤੋਂ ਬਾਅਦ 2019 ਦੇ ਵਿੱਚ ਉਸਦੇ ਸਿਲਵੇਨੀਆ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਵਿੱਚ ਨੌਕਰੀ ਗੁਆ ਬੈਠਾ ਹੈ। ਹੁਣ ਪਾਲ ਨੂੰ ਜੂਨ 2047 ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੇ ਉਸ ਤੋਂ ਬਾਅਦ ਪਾਲ ਨੂੰ ਜ਼ਮਾਨਤ ਮਿਲ ਸਕੇਗੀ। ਉਧਰ ਪਾਕਿਸਤਾਨ ਲਗਾਤਾਰ ਨਗਦੀ ਦੀ ਕਿੱਲਤ ਦੇ ਨਾਲ ਜੂਝ ਰਿਹਾ ਹੈ। ਆਰਥਿਕਤਾ ਹਾਲੇ ਵੀ ਕਮਜ਼ੋਰ ਬਣੀ ਹੋਈ ਹੈ। ਪਾਕਿਸਤਾਨ ਦੀ ਕਾਰਜਵਾਹਕ ਵਿੱਤ ਮੰਤਰੀ ਸ਼ਮਸ਼ਾਦ ਅਖਤਰ ਦਾ ਕਹਿਣਾ ਹੈ ਕਿ ਦੇਸ਼ ਨੂੰ ਕੁਝ ਸਮੇਂ ਦੇ ਲਈ ਕੌਮਾਂਤਰੀ ਮੁਦਰਾ ਫੰਡ IMF ਤੋਂ ਵਧੇਰੇ ਕਰਜ਼ਾ ਲੈਣਾ ਹੋਵੇਗਾ। ਸਮਾਚਾਰ ਪੱਤਰ ਡੌਨ ਦੀ ਖ਼ਬਰ ਦੇ ਵਿੱਚ ਕਿਹਾ ਗਿਆ ਕਿ ਅਖਤਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਪਾਕਿਸਤਾਨ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਵਿੱਤੀ ਸੁਧਾਰ ਕਰਨ ਦੀ ਲੋੜ ਹੈ। ਅਖਤਰ ਨੇ ਕਿਹਾ ਕਿ ਅਗਲਾ IMF ਪ੍ਰੋਗਰਾਮ ਬੇਹੱਦ ਜ਼ਰੂਰੀ ਹੈ ਕਿਉਂਕਿ ਆਰਥਿਕਤਾ ਦੇ ਵਿੱਚ ਸਥਿਰਤਾ ਆਈ ਹੈ ਪਰ ਇਹ ਅਜੇ ਬਹੁਤ ਨਾਜ਼ੁਕ ਹੈ। ਖ਼ਬਰ ਮੁਤਾਬਕ ਮੰਤਰੀ ਦਾ ਕਹਿਣਾ ਕਿ ਜਦੋਂ ਤੱਕ ਅਸੀਂ ਬਰਾਦਮ ਤੇ ਘਰੇਲੂ ਸੋਮਿਆਂ ਨੂੰ ਵਧਾਉਣ ਦੇ ਵਿੱਚ ਸਮਰੱਥ ਨਹੀਂ ਹੋ ਜਾਂਦੇ ਸਾਨੂੰ ਇੱਕ ਹੋਰ ਪ੍ਰੋਗਰਾਮ ਦੀ ਲੋੜ ਪਵੇਗੀ। ਇਸ ਸਮਝੌਤੇ ਦੇ ਨਾਲ ਪਾਕਿਸਤਾਨ ਨੂੰ ਦੂਜੀ ਕਿਸ਼ਤ ਦੇ ਵਿੱਚ 70 ਕਰੋੜ ਅਮਰੀਕੀ ਡਾਲਰ ਮਿਲਣ ਦਾ ਰਾਹ ਪੱਧਰਾ ਹੋਇਆ ਹੈ। ਅਖਤਰ ਨੇ ਕਿਹਾ ਕਿ ਲੰਮੇ ਸਮੇਂ ਦੇ ਸੁਧਾਰਾਂ ਤੋਂ ਇਲਾਵਾ ਹੁਣ ਕੋਈ ਹੋਰ ਬਦਲ ਨਹੀਂ ਹੈ, ਦੇਸ਼ ਇਸ ਤੋਂ ਬਿਨਾਂ ਨਹੀਂ ਬਚੇਗਾ। ਸੰਭਵ ਹੀ ਸਾਨੂੰ ਇੱਕ ਹੋਰ ਵਿਸਤਾਰਤ ਫੰਡ ਸਹੂਲਤ ਚਾਹੀਦੀ ਹੈ, ਅਸੀਂ IMF ਦੇ ਨਾਲ ਬਣੇ ਰਹਾਂਗੇ। ਦੱਸੀਏ ਕਿ ਪਾਕਿਸਤਾਨ ਦਾ ਕੁੱਲ ਤਰਲ ਵਿਦੇਸ਼ੀ ਮੁਦਰਾ ਭੰਡਾਰ ਫਿਲਹਾਲ 12.6 ਅਰਬ ਡਾਲਰ ਹੈ। ਪ੍ਰਚੂਨ ਮਹਿੰਗਾਈ ਦੀ ਗੱਲ ਕਰੀਏ ਤਾਂ ਜੁਲਾਈ ਤੋਂ ਸਤੰਬਰ ਦਰਮਿਆਨ 29% ਦਰਜ ਕੀਤੀ ਗਈ। ਵਰਲਡ ਬੈਂਕ ਮੁਤਾਬਕ ਵਿੱਤੀ ਸਾਲ 2023 ਦੇ ਵਿੱਚ ਪਾਕਿਸਤਾਨ ਦੀ ਆਰਥਿਕਤਾ ਤੇਜ਼ੀ ਦੇ ਨਾਲ ਹੌਲੀ ਹੋ ਗਈ। ਅਸਲ ਕੁੱਲ ਘਰੇਲੂ ਉਤਪਾਦ ਦੇ ਵਿੱਚ 6% ਦੀ ਗਿਰਾਵਟ ਦਾ ਅਨੁਮਾਨ ਹੈ। ਆਰਥਿਕ ਗਤੀਵਿਧੀ ਦੇ ਵਿੱਚ ਗਿਰਾਵਟ ਦੇ ਪਿੱਛੇ 2022 ਦਾ ਹੜ੍ਹ, ਦਰਾਮਦ ਤੇ ਪੂੰਜੀ ਪ੍ਰਵਾਹ ਤੇ ਸਰਕਾਰੀ ਪਾਬੰਦ, ਘਰੇਲੂ ਸਿਆਸੀ ਅਨਿਸ਼ਚਿਤਤਾ, ਵਾਧੀ ਦੁਨੀਆ ਸਮੇਤ ਘਰੇਲੂ ਤੇ ਬਾਹਰੀ ਝਟਕਿਆਂ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ ਕਮੋਡਿਟੀ ਦੀਆਂ ਕੀਮਤਾਂ ਵੀ ਅਸਮਾਨ ਤੇ ਨੇ। ਬੀਤੇ ਦਿਨੀ ਕੈਲੀਫੋਰਨੀਆ ਸੂਬੇ ਦੇ ਐਲਕ ਗ੍ਰੋਵ ਸਿਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਵੈਟਰਨਸ ਡੇ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਵੱਲੋਂ ਇਸ ਪਰੇਡ ਦੇ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ ਸ਼ਮੂਲੀਅਤ ਕੀਤੀ ਗਈ। ਇਸ ਵਾਰ ਖਾਸ ਗੱਲ ਇਹ ਸੀ ਕਿ ਸਿੱਖ ਭਾਈਚਾਰੇ ਦੇ ਵੱਲੋਂ 5 ਫਲੋਟ ਇਸ ਪਰੇਡ ਦੇ ਵਿੱਚ ਸ਼ਾਮਲ ਕੀਤੇ ਗਏ। ਇਹਨਾਂ ਫਲੋਟਾਂ ਦੇ ਅੱਗੇ ਅਮਰੀਕਾ ਦੇ ਮੌਜੂਦਾ ਸਿੱਖ ਫੌਜੀ
ਫਲਕਮੀਤ ਸਿੰਘ ਰਾਠੌਰ ਆਪਣੀ ਵਰਦੀ ਦੇ ਵਿੱਚ ਚੱਲ ਰਹੇ ਸਨ। ਅਮਰੀਕੀ ਫੌਜ ਦੇ ਵੱਲੋਂ ਅਫਗਾਨਿਸਤਾਨ ਦੇ ਵਿੱਚ ਜੰਗ ਲੜਦਿਆਂ ਸ਼ਹੀਦ ਹੋਏ ਕਾਰਪੋਰਲ ਗੁਰਪ੍ਰੀਤ ਸਿੰਘ ਦੇ ਪਿਤਾ ਆਪਣੇ ਪਰਿਵਾਰ ਦੇ ਨਾਲ ਪਰੇਡ ਦੇ ਵਿੱਚ ਸ਼ਾਮਲ ਸਨ। ਫਲੋਟਾਂ ਦੀ ਅਗਵਾਈ ਗੁਰ ਜਤਿੰਦਰ ਸਿੰਘ ਰੰਧਾਵਾ ਨੇ ਓਪਨ ਜੀਪ ਦੇ ਰਾਹੀਂ ਕੀਤੀ। ਸਿੱਖ ਭਾਈਚਾਰੇ ਨੇ ਭਾਰੀ ਗਿਣਤੀ ਵਿੱਚ ਇਸ ਪਰੇਡ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ। ਇਸ ਵਾਰ ਵੀ ਇਸ ਪਰੇਡ ਦੇ ਵਿੱਚ ਜਿੱਥੇ ਅਮਰੀਕਨ ਫੌਜ ਦੇ ਸਾਬਕਾ ਫੌਜੀਆਂ ਨੇ ਹਿੱਸਾ ਲਿਆ, ਉੱਥੇ ਹੋਰ ਵੀ ਬਹੁਤ ਸਾਰੇ ਫਲੋਟ ਇਸ ਦੇ ਵਿੱਚ ਸ਼ਾਮਲ ਸਨ, ਜਿਨ੍ਹਾਂ ਦੇ ਵਿੱਚ ਵੱਖ ਵੱਖ ਸਕੂਲਾਂ ਦੇ ਬੈਂਡ ਡੇ ਪਰੇਡ ਦੀ ਰੌਣਕ ਨੂੰ ਵਧਾ ਰਹੇ ਸਨ। ਇਸ ਮੌਕੇ ਬੋਲਦਿਆਂ ਗੁਰ ਜਤਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਾਨੂੰ ਅਮਰੀਕਾ ਦੇ ਵਿੱਚ ਰਹਿੰਦਿਆਂ ਇੱਥੋਂ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਪਣੀ ਸਿੱਖੀ ਪਹਿਚਾਣ ਬਣਾ ਸਕੀਏ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਵੈਟਰਨਸ ਡੇ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ ਦੇ ਵੱਲੋਂ ਲੜੀਆਂ ਜੰਗਾਂ ਦੇ ਵਿੱਚ ਬਹਾਦਰੀ ਦਿਖਾਉਣ ਵਾਲੇ ਫੌਜੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀਆਂ ਦੇਣ ਵਜੋਂ ਵੈਟਰਨਸ ਡੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਯੂਕੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸੜਕ ਤੇ ਲੜਾਈ ਦੌਰਾਨ ਇੱਕ ਸਿੱਖ ਮੁੰਡੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਪਛਾਣ ਮੈਟਰੋਪੋਲੀਟਨ ਪੁਲਿਸ ਨੇ ਇੱਕ ਬ੍ਰਿਟਿਸ਼ ਸਿੱਖ ਸਿਮਰਜੀਤ ਸਿੰਘ ਨਾਗਪਾਲ ਵਜੋਂ ਕੀਤੀ ਹੈ। ਮਿਟ ਪੁਲਿਸ ਨੇ ਕਿਹਾ ਕਿ 21, 27, 31 ਤੇ 71 ਸਾਲ ਦੀ ਉਮਰ ਦੇ 4 ਵਿਅਕਤੀਆਂ ਨੂੰ ਕਤਲ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ ਦੇ ਵਿੱਚ ਰੱਖਿਆ ਗਿਆ, ਜੋ ਕਿ ਬੀਤੇ ਦਿਨ ਹੀ ਲੰਡਨ ਦੇ ਹਾਊਂਸਲੋ ਖੇਤਰ ਦੇ ਵਿੱਚ ਵਾਪਰਿਆ ਸੀ। ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਜਾਸੂਸਾਂ ਦਾ ਕਹਿਣਾ ਹੈ ਕਿ ਉਹ 17 ਸਾਲਾ ਸਿਮਰਜੀਤ ਦੀ ਦੁਖਦਾਈ ਮੌਤ ਸੰਬੰਧੀ ਸਬੂਤਾਂ ਨੂੰ ਇਕੱਠਾ ਕਰਨਾ ਜਾਰੀ ਰੱਖਣਗੇ ਤੇ ਕਮਿਊਨਿਟੀ ਨੂੰ ਭਰੋਸਾ ਦਿਵਾਉਂਦੇ ਨੇ ਕਿ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਲਿਆਉਣ ਦੇ ਲਈ ਸਖ਼ਤ ਮਿਹਨਤ ਕਰਨਗੇ। ਡਿਟੈਕਟਿਵ ਇੰਸਪੈਕਟਰ ਮਾਰਟਿਨ ਥੋਪਰ ਦਾ ਕਹਿਣਾ ਹੈ ਕਿ ਸਿਮਰਜੀਤ ਦੇ ਕਤਲ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਦੇ ਲਈ ਦਿਨ ਰਾਤ ਕੰਮ ਕਰ ਰਹੇ ਨੇ, ਕਿਉਂਕਿ ਉਸਦੇ ਪਰਿਵਾਰਕ ਮੈਂਬਰ ਆਪਣੇ ਪੁੱਤ ਦੀ ਮੌਤ ਦੇ ਸਦਮੇ ਤੋਂ ਉਭਰਨ ਦੇ ਲਈ ਸੰਘਰਸ਼ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਾਡੀ ਪੁੱਛਗਿੱਛ ਜਾਰੀ ਹੈ। ਅਸੀਂ ਇਸ ਘਟਨਾ ਸੰਬੰਧੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ। ਮੌਕੇ ਤੇ ਪਹੁੰਚੀ ਪੁਲਿਸ ਨੇ ਸਥਾਨਕ ਖੇਤਰ ਦੇ ਸਿਮਰਜੀਤ ਨੂੰ ਚਾਕੂ ਨਾਲ ਜ਼ਖਮੀ ਪਾਇਆ ਸੀ ਤੇ ਐਮਰਜੈਂਸੀ ਸੇਵਾਵਾਂ ਦੇ ਉੱਤਮ ਯਤਨਾਂ ਦੇ ਬਾਵਜੂਦ ਉਸਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਸੀ। ਮਾਹਰ ਅਧਿਕਾਰੀਆਂ ਦੇ ਵੱਲੋਂ ਪੀੜਤ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। ਉਧਰ ਇਜ਼ਰਾਈਲ ਤੇ ਹਮਾਸ ਦੇ ਵਿਚਕਾਰ ਜੰਗ ਜਾਰੀ ਹੈ। 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਤੇ ਅਚਾਨਕ ਹਮਲਾ ਕਰ ਦਿੱਤਾ। ਗਾਜ਼ਾ ਦੇ ਨੇੜੇ ਪਿੰਡਾਂ ਤੇ ਖੇਤਾਂ ਦੇ ਵਿੱਚ ਲਗਭਗ 1200 ਇਜ਼ਰਾਈਲੀ ਮਾਰੇ ਗਏ ਤੇ ਹੋਰ ਜ਼ਖਮੀ ਹੋਏ ਨੇ। ਇਸ ਦੌਰਾਨ ਕਈ ਨਾਗਰਿਕਾਂ ਦੀ ਮੌਤ ਹੋ ਗਈ ਤੇ 240 ਤੋਂ ਵੱਧ ਨੂੰ ਬੰਧਕ ਵੀ ਬਣਾ ਲਿਆ ਗਿਆ ਸੀ। ਇਸੇ ਦੌਰਾਨ ਯੌਨ ਹਿੰਸਾ ਦੇ ਕਈ ਮਾਮਲੇ ਵੀ ਸਾਹਮਣੇ ਆਏ ਨੇ, ਜਿਸ ਤਹਿਤ ਇਜ਼ਰਾਈਲੀ ਫੌਜ ਫੋਰੈਂਸਿਕ ਸਬੂਤਾਂ, ਵੀਡੀਓਸ, ਗਵਾਹਾਂ ਦੀ ਤੇ ਗਵਾਹੀ ਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਦੇ ਲਈ ਦਸਤਾਵੇਜ਼ਾਂ ਦੀ ਵਰਤੋਂ ਕਰ ਰਹੀ ਹੈ। ਗਵਾਹਾਂ ਦੇ ਮੁਤਾਬਕ ਹਿੰਸਾ ਦੇ ਵਿੱਚ ਫੜੀਆਂ ਗਈਆਂ ਔਰਤਾਂ ਤੇ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਉਹਨਾਂ ਨੂੰ ਸਰੀਰਕ ਤੌਰ ਤੇ ਤਸੀਹੇ ਦੇ ਕੇ ਮਾਰਿਆ ਵੀ ਗਿਆ ਸੀ। ਇਜ਼ਰਾਈਲੀ ਪੁਲਿਸ ਹਮਾਸ ਦੁਆਰਾ ਕੀਤੀ ਗਈ ਜਿਨਸੀ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਸੁਪਰਡੈਂਟ ਡੂਡੀ ਕਾਰਟਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਹਮਲਿਆਂ ਦੇ ਨਾਲ ਸੰਬੰਧਿਤ 1000 ਤੋਂ ਵੱਧ ਬਿਆਨ ਤੇ 60,000 ਤੋਂ ਵੱਧ ਵੀਡੀਓ ਕਲਿੱਪ ਇਕੱਠੇ ਕੀਤੇ ਨੇ। ਇਸ ਦੇ ਵਿੱਚ ਉਹਨਾਂ ਲੋਕਾਂ ਦੇ ਖਾਤੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਔਰਤਾਂ ਦੇ ਨਾਲ ਬਲਾਤਕਾਰ ਹੁੰਦੇ ਹੋਏ ਦੇਖਣ ਦੀ ਰਿਪੋਰਟ ਕੀਤੀ ਸੀ। ਪੁਲਿਸ ਕਮਿਸ਼ਨਰ ਸ਼ਬਤਾਈ ਯਾਕੋਬ ਦਾ ਕਹਿਣਾ ਹੈ ਕਿ ਜਾਂਚ ਸੰਭਾਵਿਤ ਤੌਰ ਤੇ ਮੁਕੱਦਮੇ ਦੀ ਅਗਵਾਈ ਕਰ ਸਕਦੀ ਹੈ, ਪਰ ਹੁਣ ਦੇ ਲਈ ਦਸਤਾਵੇਜ਼ਾਂ ਦਾ ਮੁੱਢਲਾ ਮਿਸ਼ਨ ਹੈ। ਉਧਰ ਵਾਈਟ ਹਾਊਸ ਨੇ ਐਲਨ ਮਸਕ ਦੁਆਰਾ ਐਕਸ ਤੇ ਇੱਕ ਘਿਨਾਉਣੇ ਵਿਰੋਧੀ ਸੈਮੀਟਿਕ ਸਾਜ਼ਿਸ਼ ਸਿਧਾਂਤ ਦੇ ਸਮਰਥਨ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਵਾਲਟ ਡਿਜ਼ਨੀ ਕੰਪਨੀ, ਵਾਰਨਰ ਬ੍ਰਦਰਸ ਡਿਸਕਵਰੀ ਤੇ NBC, ਯੂਨੀਵਰਸਲ ਪੇਰੈਂਟ, ਕਾਮਕਾਸਟ ਸਮੇਤ ਵੱਡੀਆਂ ਅਮਰੀਕੀ ਕੰਪਨੀਆਂ ਨੇ ਆਪਣੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਆਪਣੇ ਇਸ਼ਤਿਹਾਰ ਬੰਦ ਕਰ ਦਿੱਤੇ ਨੇ। ਮਸਕ ਨੇ ਐਕਸ ਦੇ ਇੱਕ ਪੋਸਟ ਦੇ ਨਾਲ ਸਹਿਮਤੀ ਪ੍ਰਗਟਾਈ, ਜਿਸ ਦੇ ਵਿੱਚ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਯਹੂਦੀ ਗੋਰੇ ਲੋਕਾਂ ਵਿਰੁੱਧ ਨਫ਼ਰਤ ਫੈਲਾ ਰਹੇ ਨੇ। ਉਸ ਨੂੰ ਮਹਾਨ ਬਦਲਾਅ ਕਹਿੰਦੇ ਨੇ। ਵਾਈਟ ਹਾਊਸ ਨੇ ਮਸਕ ਦੇ ਇਲਜ਼ਾਮ ਲਗਾਇਆ ਕਿ ਘਿਨਾਉਣੇ ਢੰਗ ਦੇ ਨਾਲ ਵਿਰੋਧੀ ਤੇ ਨਸਲਵਾਦੀ ਨਫ਼ਰਤ ਨੂੰ ਉਤਸ਼ਾਹਿਤ ਕੀਤਾ ਗਿਆ, ਜੋ ਅਮਰੀਕੀ ਹੋਣ ਦੇ ਨਾਤੇ ਸਾਡੇ ਮੂਲ ਮੁੱਲਾਂ ਦੇ ਵਿਰੁੱਧ ਜਾਂਦਾ ਹੈ। ਵਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟਸ ਨੇ ਫਲਸਤੀਨੀ ਇਸਲਾਮੀ ਸਮੂਹ ਹਮਾਸ ਦੁਆਰਾ ਇਜ਼ਰਾਈਲ ਉੱਤੇ 7 ਅਕਤੂਬਰ ਦੇ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੋਲੋਕਾਸਟ ਤੋਂ ਬਾਅਦ ਯਹੂਦੀ ਲੋਕਾਂ ਦੇ ਲਈ ਸਭ ਤੋਂ ਘਾਤਕ ਦਿਨ ਦੇ 1 ਮਹੀਨੇ ਬਾਅਦ ਘਿਨਾਉਣੇ ਝੂਠ ਨੂੰ ਦੁਹਰਾਉਣਾ ਅਸਵੀਕਾਰਨਯੋਗ ਹੈ। ਡਿਜ਼ਨੀ, ਵਾਰਨਰ ਬ੍ਰਦਰਸ ਡਿਸਕਵਰੀ ਤੇ ਕਾਮਕਾਸਟ ਤੋਂ ਇਲਾਵਾ ਲਾਇਨਸ ਗੇਟ ਐਂਟਰਟੇਨਮੈਂਟ ਤੇ ਪੈਰਾਮਾਊਂਟ ਗਲੋਬਲ ਨੇ ਕਿਹਾ ਕਿ ਉਹ ਐਕਸ ਤੇ ਆਪਣੇ ਵਿਗਿਆਪਨ ਨੂੰ ਰੋਕ ਰਹੇ ਨੇ ਤੇ IBM ਨੇ ਐਕਸ ਦੇ ਆਪਣੇ ਇਸ਼ਤਿਹਾਰਬਾਜ਼ੀ ਨੂੰ ਰੋਕ ਦਿੱਤਾ ਹੈ। ਜਦਕਿ ਇੱਕ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਦੇ ਇਸ਼ਤਿਹਾਰ ਅਡੋਲਫ ਹਿਟਲਰ ਤੇ ਨਾਜ਼ੀ ਪਾਰਟੀ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੇ ਅੱਗੇ ਰੱਖੇ ਗਏ ਸਨ। ਦੱਖਣੀ ਫਿਲੀਪੀਨਸ ਦੇ ਮਿੰਡਾਨਾਓ ਦੇ ਵਿੱਚ ਸਮੁੰਦਰ ਦੇ ਅੰਦਰ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਗੰਭੀਰ ਨੁਕਸਾਨ ਜਾਂ ਸੱਟਾਂ ਦੀ ਕੋਈ ਤੁਰੰਤ ਰਿਪੋਰਟ ਨਹੀਂ ਸੀ ਤੇ ਸੁਨਾਮੀ ਦੀ ਕੋਈ ਚੇਤਾਵਨੀ ਪ੍ਰਭਾਵੀ ਨਹੀਂ ਸੀ।
अमरीकी भू विज्ञान सर्वेखण का कहना कि भूचाल की तीव्रता 6.7 मापी गई थे। यह फिलीपींस के दक्षिणी सिरे से बुरियास तो 26 किलोमीटर की दूरी से स्थित थी। इसने कहा है कि जानी के माली नुकसान की घट संभावना है। फिलीपीन इंस्टीट्यूट ऑफ ज्वालामुखी से भूचाल विज्ञान ने भूचाल की तीव्रता 7.2 मापी है। कहा है कि सिर्फ 10 किलोमीटर यानी कि 6 मील डूंगा सी। अजिहे भूचालों के नाल धरती की सतह से नुकसान होने की ज्यादा संभावना होंगी है। फिलीपींस नूं पैसिफिक रिंग ऑफ फायर से स्थित होने कारण निजमत भूचाल से ज्वालामुखी फटन का अनुभव होंगे, जो कि समुद्र के आले दुआले भूचाल संबंधी नुकसान का एक झापी है। उदे ही भारत और आस्ट्रेलिया विचाले विश्व कप 2023 का फाइनल मैच एतवार को अहमदाबाद के विच खेडिया जाना है। इस बार चैंपियन कौन बनेगा यह जानने के लिए सानू सिर्फ एक दिन का इंतजार करना पवेगा। भारतीय टीम काफ़ी मजबूत स्थिति दे विच है। उसने 10 मैच खेडे ने ते सारे जीते ने। टीम इंडिया के तेज गेंदबाज मुहम्मद शमी ने टूरनामेंट के शानदार प्रदर्शन किया। आस्ट्रेलिया खिलाफ भी उसका रिकॉर्ड चंगा रहा है। शमी के नाल नाल रविंदर जडेजा ने भी काफ़ी विकटा लिया सन। दरअसल शमी भारत लई आस्ट्रेलिया खिलाफ सब तो ज़्यादा विकटा लैण के मामले के दूजे नंबर पर है। मौजूदा गेंदबाजा की सूची के पहले नंबर पर है। शमी ने 24 मैचों के 38 विकटा लिया ने, जबकि जडेजा ने 43 मैचों के 37 विकटा लिया ने। जडेजा समुची सूची के तीजे नंबर पर है। मौजूदा गेंदबाजा की सूची के दूजे नंबर पर है। जसप्रीत बुमराह ने भी चंगी गेंदबाजी की है। उसने 20 मैचों के 28 विकटा लिया ने। बुमराह का एक मैच के सर्वोत्तम प्रदर्शन 61 दौड़ा दे के 3 विकटा रहा। टीम इंडिया ने सैमीफाइनल न्यूजीलैंड हरा के फाइनल जगह बनाई है। दस दिए कि विश्व कप 2023 का फाइनल मैच एतवार को अहमदाबाद के खेडिया जाना है। टीम इंडिया इसके लिए पूरी तरह तैयार है। भारतीय टीम ने अभ्यास भी शुरू कर दिता है। सो वर्ल्ड अपडेट के अज के लिए इन्ना ही। मैनू दो इजाजत। धन्यवाद।